ਲੋਹੜੀ ਮੰਗਣ ਵਾਲਿਆਂ ਨਾਲ ਧੱਕਾ ਨਾ ਕਰੋ, ਪਹਿਲਾਂ ਗਾਣਾ ਸੁਣੋ ਫਿਰ ਰੁਪਈਏ ਦਿਓ। ਗਾਣੇ ਬਿਨਾਂ ਲੋਹੜੀ ਕਾਹਦੀ? ਗਾਣਾ ਆਉਂਦਾ? ਕੱਚੇ ਆ ਤੁਸੀਂ ਲੋਹੜੀ ਵਾਲੇ। ਗਾਣਾ ਗਾਓ। ਕਿਹਦੇ ਕੱਢਣੇ ਪੈਸੇ? ਕੱਟਾ ਕਿਹਨਾਂ ਦਾ ਨਾਲੇ? ਹੁਣ ਕੇ ਕੱਟਾ ਆਵਾਰਾ ਸੀ ਉਹ, ਫੇ ਹੁਣ ਇੱਕ ਮਿੰਟ ਨੰਬਰ ਲੈ ਕੇ ਆਇਆ। ਆਵਾਰਾ ਸੀ ਕੱਟਾ ਵੀ ਦੇਤੀ ਆ। ਕੱਟਾ ਆਵਾਰਾ ਸੀ, ਆਵਾਰਾ ਕੱਟਾ ਸੀ। ਆ ਬਾਹਰ ਨਿਕਲੇ ਸੀ ਹੱਲੇ, ਉਧਰੋਂ ਗਾਂ ਆ ਗਈ ਆ, ਤਿੰਨ ਗਾਵਾਂ ਨੱਠੇ ਬੈਕ। ਬੋਲੇ ਮੈਨੂੰ ਦੇ ਦੇ ਪੀਹੂ। ਆ ਸੁੱਖੋ ਸੁੱਖੋ ਮੈਨੂੰ ਦੇ ਦੇ। ਲੈ ਦਿੰਦੀ ਸੁੱਖੋ ਹੁਣ। ਚਲੋ ਉਹ ਤਾਂ ਇੱਕ ਮੈਂਬਰ ਹੋਰ ਲੈ ਕੇ ਆਏ ਸੀਗੇ, ਕਹਿੰਦੇ ਨੂਰ ਦੇ ਘਰ ਹੰਨੇ ਮੰਗਣੀ ਆ। ਨੂਰ ਹੋਣਾ ਤਾਂ ਤੂੰ 700 ਰੁਪਏ ਦੇ ਦੇ ਚੁੱਪ ਕਰਕੇ। ਆਂਟੀ ਪਹਿਲਾਂ ਵੀ ਗਏ ਸੀ, ਕਹਿੰਦੇ ਪਹਿਲਾਂ ਉਧਰੋਂ ਮੰਗੇ। ਕਿਹੜਾ ਪਿੰਡ ਤੁਹਾਡਾ? ਮੀਓਵਾਲ। ਕਿਹੜੀ ਕਿਹੜੀ ਕਲਾਸ ਚ ਪੜ੍ਹਦੀਆਂ? ਕੱਲੀ ਕੱਲੀ ਦੱਸੋ ਤੇਰਾ ਕੀ ਨਾਂ? ਸ਼ਰਨਦੀਪ ਕੌਰ। ਤੂੰ ਜ਼ਿਆਦਾ ਹੁਸ਼ਿਆਰ ਲੱਗਦੀ ਹੈ ਨਾ, ਮੋਨੀਟਰ ਹੈ ਕਲਾਸ ਦੀ? ਨਹੀਂ। ਠੀਕ ਆ, ਕੱਲ ਕਿੰਨੀ ਲੋਹੜੀ ਮੰਗੀ? ਹੈਂ? ਅੱਛਾ ਨਹੀਂ ਨਹੀਂ ਪੈਸੇ ਨਹੀਂ ਪੁੱਛਿਆ। ਦਾਣੇ ਚ ਨਾ ਪਾਈ ਮੂੰਗਫਲੀ, ਅਗਲੇ ਦਾਣੇ ਵੀ ਖਰਾਬ ਹੋ ਜਾਊ।